जालंधर के फगवाड़ा गेट स्थित मोहल्ला निवासियों द्वारा प्रशासन के खिलाफ विरोध किया गया। जानकारी देते हुए इलाका निवासियों ने कहा कि रिहायशी एरिया में यशपाल खन्ना द्वारा इमारत में अवैध तरीके से दुकानें बनाई जा रही हैं, जिसका वह काफी समय से विरोध कर रहे हैं। लोगों का कहना है कि नगर निगम को कई बार इलाका निवासी शिकायत कर चुके हैं, लेकिन उसके बावजूद भी रिहायशी एरिया में दुकानें बनने का काम जोरों पर चल रहा है। मोहल्ला निवासियों ने बताया कि आज यशपाल खन्ना द्वारा इमारत पर दुकान बनाने को लेकर शटर लगाया जा रहा था, जिसका महिलाओं ने विरोध किया। इलाका निवासियों का आरोप है कि उक्त इमारत में मालिक यशपाल खन्ना ने महिलाओं को गालियां निकाली, जिसके विरोध में इलाका निवासियों ने धरना लगा दिया है और नगर निगम के खिलाफ मुर्दाबाद के नारे भी लगाए गए। ਭਾਜੀ ਇਹ ਸਾਡੇ ਮੁਹੱਲੇ ਦੇ ਵਿੱਚ ਇੱਕ ਮਕਾਨ ਲੈ ਕੇ ਬੰਦਾ ਕੋਈ ਯਸ਼ਪਾਲ ਨਾਂ ਦਾ ਇੱਥੇ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਉਹ ਦੁਕਾਨ ਬਣਾ ਰਿਹਾ ਧੱਕੇ ਨਾਲ। ਪਿਛਲੇ ਮਹੀਨੇ ਤੋਂ ਅਸੀਂ ਕੰਪਲੇਂਟ ਦਿੱਤੀ ਹੋਈ ਆ 10 ਤਰੀਕ ਦੀ ਕਾਰਪੋਰੇਸ਼ਨ 'ਚ, ਉਹਦੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਇੱਥੇ 2-3 ਵਾਰੀ ਅਟੈਂਪਟ ਉਹ ਕਰ ਚੁੱਕਾ ਦੁਕਾਨ ਬਣਾਉਣ ਆਉਂਦਾ ਆ ਤੇ ਅਸੀਂ ਕਾਰਪੋਰੇਸ਼ਨ ਨੂੰ ਇਨਫੋਰਮ ਕਰਦੇ ਹਾਂ, ਕੋਈ ਕਾਰਵਾਈ ਨਹੀਂ ਕਰਦੇ। ਅੱਜ ਅਸੀਂ ਕਾਰਪੋਰੇਸ਼ਨ ਕਮਿਸ਼ਨ ਸਾਹਿਬ ਨੂੰ ਮਿਲੇ ਸੀਗੇ ਐਟ ਦਾ ਟਾਈਮ, ਉਹ ਉੱਥੇ ਆਏ ਹੀ ਆ ਲੈ ਤੇ ਆਪਾਂ ਇੱਥੇ ਆ ਕੇ ਉਹ ਬੰਦਾ ਸ਼ਟਰ ਲਾਉਣ ਲੱਗ ਪਿਆ ਤੇ ਮੌਕੇ ਤੇ ਕਾਰਪੋਰੇਸ਼ਨ ਦਾ ਬੰਦਾ ਵੀ ਆਇਆ ਤੇ ਉਹਨੇ ਉਹਦੇ ਖੜਿਆਂ ਦੇ ਸਾਹਮਣੇ ਸ਼ਟਰ ਲਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਹੱਲੇ ਦੀ ਜਨਾਨੀਆਂ ਜਦੋਂ ਰੋਕਿਆ ਉਹਨੇ ਮੁਹੱਲੇ ਦੀ ਜਨਾਨੀਆਂ ਨਾਲ ਬਦਤਮੀਜੀ ਕੀਤੀ ਤੇ ਉਹਦੇ ਨਾਲ 2-4 ਗੁੰਡੇ ਸੀਗੇ ਜਿਨ੍ਹਾਂ ਨੇ ਸਾਡੇ ਮੁਹੱਲੇ ਦੀ ਜਨਾਨੀਆਂ ਨੂੰ ਗਾਲਾਂ ਵੀ ਕੱਢੀਆਂ ਤੇ ਜਿਹਦੀ ਉਹ ਵੀਡੀਓ ਬਣ ਚੁੱਕੀ ਹੋਈ। ਭਾਈ ਜਿਹੜੇ ਕਾਰਪੋਰੇਟ ਕਮਿਸ਼ਨ ਸਾਹਿਬ ਹੋ ਗਏ ਸੀਗੇ ਉਹਨਾਂ ਕੀ ਆਸ਼ਵਾਸਨ ਦਿੱਤਾ ਤੁਹਾਨੂੰ? ਕਾਰਪੋਰੇਸ਼ਨ ਕੋਈ ਕਾਰਵਾਈ ਨਹੀਂ ਹੋ ਰਹੀ ਭਾਜੀ, ਕਾਰਪੋਰੇਸ਼ਨ ਦੇ ਸਿਰ ਤੇ ਜੂਈ ਨਹੀਂ ਸਰ ਕਰੀ। ਜੇ ਕੋ ਮਹੀਨਾ ਹੋ ਗਿਆ 2-3 ਵਾਰੀ ਅਖਬਾਰ ਚ ਖਬਰ ਲੱਗ ਚੁੱਕੀ ਆ, ਕਾਰਪੋਰੇਸ਼ਨ ਦਾ ਫਰਜ਼ ਬਣਦਾ ਐਕਸ਼ਨ ਲੈਣਾ, ਹਾਲੇ ਤੱਕ ਉਸ ਬੰਦੇ ਨੂੰ ਨੋਟਿਸ ਨਹੀਂ ਗਿਆ, ਇੱਥੇ ਨੋਟਿਸ ਨਹੀਂ ਕੋਈ ਲੱਗਾ। ਭਾਈ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਹੋ ਜੀ, ਕਮਿਸ਼ਨਰ ਸਾਹਿਬ ਨੇ ਵੀ ਕੁਝ ਨਹੀਂ ਕੀਤਾ? ਕਮਿਸ਼ਨਰ ਸਾਹਿਬ ਕਹਿੰਦੇ ਕਿ ਅਸੀਂ ਕਾਰਵਾਈ ਕਰਦੇ ਆ, ਪਰ ਕਾਰਵਾਈ ਕਰਦੇ ਤਾਂ ਕਰਨ ਦਾ ਮਤਲਬ ਕਰਨ ਵੀ ਨਾ। ਤੁਸੀਂ ਆਏ ਆ ਮਤਲਬ ਮੌਕੇ ਤੇ, ਮਤਲਬ ਰੋਕ ਨਹੀਂ ਤੇ ਕੰਮ, ਮਤਲਬ ਕਿਉਂ ਨਹੀਂ ਰੋਕ ਰਹੇ? ਭਾਈ ਤੁਸੀਂ ਕਾਰਪੋਰੇਸ਼ਨ ਤੋਂ ਆਏ ਨਾ, ਤੁਸੀਂ ਕੀ ਇਹਦੇ ਤੇ ਐਕਸ਼ਨ ਇਹਨਾਂ ਦੇ? ਬਾਕੀ ਹੁਣ ਉਹ ਅਫਸਰ ਕਰਨਗੇ ਕਾਰਵਾਈ? ਹਾਂਜੀ ਅਫਸਰ ਕਰਨਗੇ ਕਾਰਵਾਈ, ਤੁਸੀਂ ਨਹੀਂ ਦਿੱਤੀ ਕੋਈ ਐਕਸ਼ਨ? जालंधर के फगवाड़ा गेट स्थित मोहल्ला निवासियों द्वारा प्रशासन के खिलाफ विरोध किया गया। जानकारी देते हुए इलाका निवासियों ने कहा कि रिहायशी एरिया में यशपाल खन्ना द्वारा इमारत में अवैध तरीके से दुकानें बनाई जा रही हैं, जिसका वह काफी समय से विरोध कर रहे हैं। लोगों का कहना है कि नगर निगम को कई बार इलाका निवासी शिकायत कर चुके हैं, लेकिन उसके बावजूद भी रिहायशी एरिया में दुकानें बनने का काम जोरों पर चल रहा है। मोहल्ला निवासियों ने बताया कि आज यशपाल खन्ना द्वारा इमारत पर दुकान बनाने को लेकर शटर लगाया जा रहा था, जिसका महिलाओं ने विरोध किया। इलाका निवासियों का आरोप है कि उक्त इमारत में मालिक यशपाल खन्ना ने महिलाओं को गालियां निकाली, जिसके विरोध में इलाका निवासियों ने धरना लगा दिया है और नगर निगम के खिलाफ मुर्दाबाद के नारे भी लगाए गए। ਭਾਜੀ ਇਹ ਸਾਡੇ ਮੁਹੱਲੇ ਦੇ ਵਿੱਚ ਇੱਕ ਮਕਾਨ ਲੈ ਕੇ ਬੰਦਾ ਕੋਈ ਯਸ਼ਪਾਲ ਨਾਂ ਦਾ ਇੱਥੇ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਉਹ ਦੁਕਾਨ ਬਣਾ ਰਿਹਾ ਧੱਕੇ ਨਾਲ। ਪਿਛਲੇ ਮਹੀਨੇ ਤੋਂ ਅਸੀਂ ਕੰਪਲੇਂਟ ਦਿੱਤੀ ਹੋਈ ਆ 10 ਤਰੀਕ ਦੀ ਕਾਰਪੋਰੇਸ਼ਨ 'ਚ, ਉਹਦੀ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਇੱਥੇ 2-3 ਵਾਰੀ ਅਟੈਂਪਟ ਉਹ ਕਰ ਚੁੱਕਾ ਦੁਕਾਨ ਬਣਾਉਣ ਆਉਂਦਾ ਆ ਤੇ ਅਸੀਂ ਕਾਰਪੋਰੇਸ਼ਨ ਨੂੰ ਇਨਫੋਰਮ ਕਰਦੇ ਹਾਂ, ਕੋਈ ਕਾਰਵਾਈ ਨਹੀਂ ਕਰਦੇ। ਅੱਜ ਅਸੀਂ ਕਾਰਪੋਰੇਸ਼ਨ ਕਮਿਸ਼ਨ ਸਾਹਿਬ ਨੂੰ ਮਿਲੇ ਸੀਗੇ ਐਟ ਦਾ ਟਾਈਮ, ਉਹ ਉੱਥੇ ਆਏ ਹੀ ਆ ਲੈ ਤੇ ਆਪਾਂ ਇੱਥੇ ਆ ਕੇ ਉਹ ਬੰਦਾ ਸ਼ਟਰ ਲਾਉਣ ਲੱਗ ਪਿਆ ਤੇ ਮੌਕੇ ਤੇ ਕਾਰਪੋਰੇਸ਼ਨ ਦਾ ਬੰਦਾ ਵੀ ਆਇਆ ਤੇ ਉਹਨੇ ਉਹਦੇ ਖੜਿਆਂ ਦੇ ਸਾਹਮਣੇ ਸ਼ਟਰ ਲਾਉਣ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਹੱਲੇ ਦੀ ਜਨਾਨੀਆਂ ਜਦੋਂ ਰੋਕਿਆ ਉਹਨੇ ਮੁਹੱਲੇ ਦੀ ਜਨਾਨੀਆਂ ਨਾਲ ਬਦਤਮੀਜੀ ਕੀਤੀ ਤੇ ਉਹਦੇ ਨਾਲ 2-4 ਗੁੰਡੇ ਸੀਗੇ ਜਿਨ੍ਹਾਂ ਨੇ ਸਾਡੇ ਮੁਹੱਲੇ ਦੀ ਜਨਾਨੀਆਂ ਨੂੰ ਗਾਲਾਂ ਵੀ ਕੱਢੀਆਂ ਤੇ ਜਿਹਦੀ ਉਹ ਵੀਡੀਓ ਬਣ ਚੁੱਕੀ ਹੋਈ। ਭਾਈ ਜਿਹੜੇ ਕਾਰਪੋਰੇਟ ਕਮਿਸ਼ਨ ਸਾਹਿਬ ਹੋ ਗਏ ਸੀਗੇ ਉਹਨਾਂ ਕੀ ਆਸ਼ਵਾਸਨ ਦਿੱਤਾ ਤੁਹਾਨੂੰ? ਕਾਰਪੋਰੇਸ਼ਨ ਕੋਈ ਕਾਰਵਾਈ ਨਹੀਂ ਹੋ ਰਹੀ ਭਾਜੀ, ਕਾਰਪੋਰੇਸ਼ਨ ਦੇ ਸਿਰ ਤੇ ਜੂਈ ਨਹੀਂ ਸਰ ਕਰੀ। ਜੇ ਕੋ ਮਹੀਨਾ ਹੋ ਗਿਆ 2-3 ਵਾਰੀ ਅਖਬਾਰ ਚ ਖਬਰ ਲੱਗ ਚੁੱਕੀ ਆ, ਕਾਰਪੋਰੇਸ਼ਨ ਦਾ ਫਰਜ਼ ਬਣਦਾ ਐਕਸ਼ਨ ਲੈਣਾ, ਹਾਲੇ ਤੱਕ ਉਸ ਬੰਦੇ ਨੂੰ ਨੋਟਿਸ ਨਹੀਂ ਗਿਆ, ਇੱਥੇ ਨੋਟਿਸ ਨਹੀਂ ਕੋਈ ਲੱਗਾ। ਭਾਜੀ ਤੁਸੀਂ ਹੁਣੇ ਦੱਸਿਆ ਕਿ ਤੁਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਹੋ ਜੀ, ਕਮਿਸ਼ਨਰ ਸਾਹਿਬ ਨੇ ਵੀ ਕੁਝ ਨਹੀਂ ਕੀਤਾ? ਕਮਿਸ਼ਨਰ ਸਾਹਿਬ ਕਹਿੰਦੇ ਕਿ ਅਸੀਂ ਕਾਰਵਾਈ ਕਰਦੇ ਹਾਂ, ਪਰ ਕਾਰਵਾਈ ਕਰਦੇ ਤਾਂ ਕਰਨ ਦਾ ਮਤਲਬ ਕਰਨ ਵੀ ਨਾ। ਤੁਸੀਂ ਆਏ ਆ ਮਤਲਬ ਮੌਕੇ ਤੇ, ਮਤਲਬ ਰੋਕ ਨਹੀਂ ਤੇ ਕੰਮ, ਮਤਲਬ ਕਿਉਂ ਨਹੀਂ ਰੋਕ ਰਹੇ? ਭਾਜੀ ਤੁਸੀਂ ਕਾਰਪੋਰੇਸ਼ਨ ਤੋਂ ਆਏ ਨਾ, ਤੁਸੀਂ ਕੀ ਇਹਦੇ ਤੇ ਐਕਸ਼ਨ ਇਹਨਾਂ ਦੇ? ਬਾਕੀ ਹੁਣ ਉਹ ਅਫਸਰ ਕਰਨਗੇ ਕਾਰਵਾਈ? ਹਾਂਜੀ ਅਫਸਰ ਕਰਨਗੇ ਕਾਰਵਾਈ, ਤੁਸੀਂ ਨਹੀਂ ਦਿੱਤੀ ਕੋਈ ਐਕਸ਼ਨ?